ਸ਼ੂਗਰ ਦੀ ਬਿਮਾਰੀ ਜਿਹੜੀ ਆਮ ਲੋਕਾਂ ਨੂੰ ਇਹ ਪਤਾ ਹੈ ਕਿ ਸ਼ਾਇਦ ਇਹ ਮਿੱਠਾ ਖਾਣ ਤੋਂ ਲੱਗਦੀ ਹੈ, ਮਿੱਠੇ ਦਾ ਇਹਦੇ 'ਚ ਰੋਲ ਇੰਨਾ ਕੁ ਹੈ ਮਿੱਠਾ ਖਾਣ ਦਾ। ਜ਼ਿੰਦਗੀ 'ਚ ਜਿੰਨੀਆਂ ਪਰੇਸ਼ਾਨੀਆਂ ਆਉਂਦੀਆਂ ਨੇ ਉਹ ਦਿਮਾਗ 'ਤੇ ਅਸਰ ਕਰਦੀਆਂ ਨੇ। 65% ਸ਼ੇਅਰ ਹੈ ਸ਼ੂਗਰ ਹੋਣ 'ਚ ਦਿਮਾਗ ਦਾ। ਕਿੰਨੀਆਂ ਕਾਈਂਡਸ ਹੁੰਦੀਆਂ ਨੇ ਇਹਦੀਆਂ? 3 ਕਾਈਂਡਸ ਨੇ ਸ਼ੂਗਰ ਦੀਆਂ। ਫਿਰ ਆਪਾਂ ਪੈਪਸੀ ਪੀਂਦੇ, 7 ਅਪ ਪੀਂਦੇ, ਕੋਕ ਪੀਂਦੇ। ਤੁਹਾਨੂੰ ਪਤਾ ਇੱਕ ਐਡਾ 3 ਪੈਕ ਜਿਹੜਾ 7 ਅਪ ਜਾਂ ਕੋਕ ਦਾ ਉਹਦੇ 'ਚ ਕਿੰਨੀ ਚੀਨੀ ਹੁੰਦੀ? ਚਾਵਲ ਖਾਣ ਵਾਲੇ ਚਮਚ 8.5 ਚਮਚ ਬਣਦੇ 45 ਗ੍ਰਾਮ। ਉਸ ਐਸੈਂਸ ਨੂੰ ਅਗਰ ਕੋਈ ਸ਼ਖਸ ਡਾਇਰੈਕਟ ਇਸ ਤਰ੍ਹਾਂ ਚੱਖ ਲਵੇ ਤਾਂ ਉਹ 1 ਸੈਕਿੰਡ ਤੋਂ ਜ਼ਿਆਦਾ ਬਚੇਗਾ ਨਹੀਂ, ਫੁੜਕ ਕੇ ਡਿੱਗ ਜਾਏਗਾ। 1 ਟਰੱਕ ਚੂਨੇ ਦਾ ਰੋਜ਼ ਪੈਣਾ ਅਤੇ ਉਹ ਚੀਨੀ ਫੇਰ ਵਾਈਟ ਹੁੰਦੀ ਹੈ। ਤੁਸੀਂ ਦੇਖ ਰਹੇ ਹੋ ਪ੍ਰਾਈਮ ਏਸ਼ੀਆ ਟੀਵੀ ਤੇ ਤੁਹਾਨੂੰ ਸਾਰਿਆਂ ਨੂੰ ਨਿੱਘੀ ਜੀਆਂ ਨੂੰ, ਮੈਂ ਜੋਗਰਾਜ ਸਿੰਘ ਕਾਲੋਂ, ਪ੍ਰੋਗਰਾਮ ਪ੍ਰਾਈਮ ਹੈਲਥ 'ਚ ਤੁਹਾਡਾ ਸਾਰਿਆਂ ਦਾ ਵੀ ਸਵਾਗਤ। ਅਤੇ ਅੱਜ ਸਾਡੇ ਨਾਲ ਜਿਹੜੇ ਸਾਡੇ ਗੈਸਟ ਹੋਣਗੇ, ਸਾਡੇ ਐਕਸਪਰਟ ਹੋਣਗੇ, ਉਹ ਨੇ ਡਾਕਟਰ ਮੁਰਤਜ਼ਾ। ਪਹਿਲਾਂ ਤਾਂ ਉਹਨਾਂ ਨਾਲ ਤੁਹਾਡੀ ਸਾਰਿਆਂ ਦੀ ਵਾਕਫੀਅਤ ਕਰਵਾਉਂਦੇ ਹਾਂ ਅਤੇ ਉਹਨਾਂ ਦੀ ਤੁਹਾਡੇ ਨਾਲ ਕਰਵਾਉਂਦੇ ਹਾਂ। ਸੋ ਇਹ ਸਾਰੀਆਂ ਗੱਲਾਂ ਬਾਤਾਂ ਉਹਨਾਂ ਨਾਲ ਅੱਗੇ ਅੱਜ ਆਪਾਂ ਹੈਲਥ ਦੀਆਂ ਕਰਾਂਗੇ। ਡਾਕਟਰ ਸਾਹਿਬ ਸਤਿ ਸ਼੍ਰੀ ਅਕਾਲ, ਨਿੱਘੀ ਜੀਆਂ ਨੂੰ ਜੀ। ਸਤਿ ਸ਼੍ਰੀ ਅਕਾਲ ਜੀ, ਥੈਂਕ ਯੂ ਵੈਰੀ ਮੱਚ। ਡਾਕਟਰ ਸਾਹਿਬ ਪਹਿਲਾਂ ਤਾਂ ਕਿਉਂਕਿ ਅੱਜ ਪਹਿਲੀ ਵਾਰੀ ਅਸੀਂ ਤੁਹਾਨੂੰ ਰੂਬਰੂ ਕਰਾ ਰਹੇ ਹਾਂ ਆਪਣੀ ਪ੍ਰਾਈਮ ਏਸ਼ੀਆ ਟੀਵੀ ਦੇ ਪਰਿਵਾਰ ਦੇ ਨਾਲ, ਥੋੜ੍ਹਾ ਜਿਹਾ ਆਪਣੇ ਬਾਰੇ, ਆਪਣੀ ਬੈਕਗਰਾਉਂਡ ਬਾਰੇ ਜੇ ਥੋੜ੍ਹਾ ਜਿਹਾ ਤੁਸੀਂ ਸਾਨੂੰ ਦੱਸ ਸਕਦੇ। ਉਹ ਕਹਿੰਦੇ ਨੇ ਆਪ ਆਪਣਾ ਪਤਾ ਹੈ ਹਵਾ ਬਹਾਰ ਕੀ। ਮੈਂ ਇੱਥੇ ਕੈਨੇਡਾ 'ਚ ਕਾਫੀ ਅਰਸਾ ਹੀ ਹੋ ਗਿਆ, ਮੇਰਾ ਖਿਆਲ ਹੈ ਕਿ ਟੀਵੀ ਚੈਨਲਸ 'ਤੇ ਵੀ ਕਾਫੀ ਅਰਸਾ ਹੋ ਗਿਆ ਜੀ। ਨਾਮ ਤਾਂ ਮੇਰਾ ਤੁਸੀਂ ਦੱਸ ਹੀ ਦਿੱਤਾ, ਡਾਕਟਰ ਮੁਰਤਜ਼ਾ ਜੀ। ਇਹ ਵਾਈਟ ਰੌਕ 'ਚ ਕਲੀਨਿਕ ਹੈ ਅਤੇ ਹੋਮਿਓਪੈਥਿਕ ਕੋਈ 20-22 ਸਾਲ ਹੋ ਗਏ ਨੇ ਹੋਮਿਓਪੈਥਿਕ ਔਰ ਨੈਚੁਰੋਪੈਥਿਕ ਨੂੰ। ਬਿਲਕੁਲ ਠੀਕ ਹੈ। ਬਹੁਤ ਸਾਰੇ ਮੁਲਕਾਂ 'ਚ ਆਪਣੇ ਕਲੀਨਿਕ ਨੇ, ਕਾਫੀ ਸਾਰੀਆਂ ਜਗ੍ਹਾ 'ਤੇ ਆਪਣੇ ਪੇਸ਼ੈਂਟਸ ਨੇ। ਮੇਨ ਆਪਾਂ ਡੀਲ ਕਰਦੇ ਹਾਂ ਡਾਇਬਿਟੀਜ਼ ਨੂੰ। ਇਹਦੇ 'ਚ ਆਉਣਾ, ਇਸ ਫੀਲਡ ਨੂੰ ਚੂਜ਼ ਕਰਨਾ, ਇਹਦੇ 'ਚ ਮੇਰਾ ਕੋਈ ਅਮਲ ਦਖਲ ਨਹੀਂ, ਇਹ ਸਭ ਕੁਛ ਉੱਪਰੋਂ ਹੋਇਆ। ਮੇਰੀ ਫੀਲਡ ਕੋਈ ਹੋਰ ਹੈ, ਮੈਂ ਸਾਰੀ ਜ਼ਿੰਦਗੀ ਐਂਟੀ ਸਮਗਲਿੰਗ ਡਿਪਾਰਟਮੈਂਟ 'ਚ ਰਿਹਾ, ਔਫਿਸਰ ਰਿਹਾ, ਮੈਂ ਬੜਾ ਕੁਛ ਉੱਥੇ ਕੀਤਾ, ਬੜੀ ਸਾਰੀ ਕੁਆਲੀਫਿਕੇਸ਼ਨ ਮੇਰੀ ਕਾਊਂਟਰ ਟੈਰੋਰਿਜ਼ਮ ਦੀ ਹੈ, ਕਾਊਂਟਰ ਇੰਸਰਜੈਂਸੀ ਦੀਆਂ ਕਿਤਾਬਾਂ ਲਿਖੀਆਂ ਮੈਂ। ਉੱਥੋਂ ਡਾਕਟਰੀ ਵੱਲੋਂ ਕਿਵੇਂ? ਬਸ ਉਹ ਇੱਕ ਲੰਬੀ ਸਟੋਰੀ ਹੈ, ਫਿਰ ਕਦੀ ਸੁਣਾਵਾਂਗੇ। ਉਹ ਬਾਹਰ ਬੈਠੇ ਉਹਨਾਂ ਨੂੰ ਸੁਣਾ ਰਿਹਾ ਸੀ ਮੈਂ, ਉਹ ਇੱਕ ਲੰਬੀ ਕਹਾਣੀ ਹੈ, ਤੁਹਾਡੇ 22 ਮਿੰਟ ਮੁੱਕ ਜਾਣਗੇ ਉਹਦੇ 'ਚ। ਉੱਪਰੋਂ ਕੋਈ ਲੈ ਕੇ ਆਇਆ ਮੈਨੂੰ ਉੱਤੋਂ, ਉਹਨਾਂ ਨੇ ਕਿਹਾ ਇਹ ਤੇਰਾ ਕੰਮ ਨਹੀਂ ਹੈ, ਤੇਰਾ ਕੰਮ ਹੈ, ਤੂੰ ਦੁਆਵਾਂ ਲੈਣੀਆਂ ਲੋਕਾਂ ਦੀਆਂ। ਸੋ ਆਪਾਂ ਉਸ ਕਹਾਣੀ ਨੂੰ ਅੱਜ ਪੈਂਡਿੰਗ ਰੱਖਦੇ ਹਾਂ ਅਤੇ ਅੱਜ ਆਪਾਂ ਇਸ਼ੂ ਜਿਹੜਾ ਕੋਈ ਲੋਕਾਂ ਨਾਲ ਜੁੜਿਆ ਆਪਾਂ ਉਹਨੂੰ ਮੂਰੇ ਲੈ ਕੇ ਆਉਂਦੇ ਹਾਂ। ਉਹਦੇ ਵਿੱਚੋਂ ਅੱਜ ਡਾਕਟਰ ਸਾਹਿਬ ਆਪਾਂ ਸ਼ੂਗਰ ਵਾਲੇ ਪਾਸਿਓਂ ਸ਼ੁਰੂਆਤ ਕਰਦੇ ਹਾਂ। ਇਹ ਸ਼ੂਗਰ ਦੀ ਇਸ ਬਿਮਾਰੀ ਦਾ ਇੱਕ ਕਾਫੀ ਹਊਆ ਵੀ ਹੈ, ਡਰ ਵੀ ਹੈ ਲੋਕਾਂ ਦੇ ਵਿੱਚ ਅਤੇ ਜਾਇਜ਼ ਵੀ ਨੇ, ਕਿਉਂਕਿ ਲੋਕਾਂ ਦਾ ਨੁਕਸਾਨ ਹੁੰਦਾ ਲੋਕਾਂ ਨੇ ਦੇਖਿਆ। ਇਹ ਸ਼ੂਗਰ ਹੈ ਕੀ ਹੈ ਜੀ? ਸ਼ੂਗਰ ਕਿਹਨੂੰ ਕਹਿੰਦੇ ਨੇ? ਬਾਡੀ 'ਚ ਚੇਂਜਿਸ ਕੀ ਹੁੰਦੀਆਂ ਨੇ ਜਦੋਂ ਅਸੀਂ ਸ਼ੂਗਰ ਦਬਾਓ ਕਰਦੇ? ਸ਼ੂਗਰ ਕਹਿੰਦੇ ਨੇ ਇਨਸੁਲਿਨ ਡਿਪੈਂਡੈਂਟ ਡਾਇਬਿਟੀਜ਼ ਮੇਲਾਈਟਸ ਨੂੰ ਜਾਂ ਨੋਨ ਇਨਸੁਲਿਨ ਡਿਪੈਂਡੈਂਟ ਡਾਇਬਿਟੀਜ਼ ਮੇਲਾਈਟਸ ਨੂੰ। ਹੁਣ ਇਹਨਾਂ ਨੂੰ ਆਸਾਨ ਕਰਕੇ ਸਮਝਾਵਾਂ ਕਿ ਇਹਦਾ ਅੰਗਰੇਜ਼ੀ 'ਚ ਇਹਦਾ ਨਾਮ ਹੈ ਡਾਇਬਿਟੀਜ਼, ਸ਼ੂਗਰ ਦੀ ਬਿਮਾਰੀ ਜਿਹੜੀ ਆਮ ਲੋਕਾਂ ਨੂੰ ਇਹ ਪਤਾ ਹੈ ਕਿ ਸ਼ਾਇਦ ਇਹ ਮਿੱਠਾ ਖਾਣ ਤੋਂ ਲੱਗਦੀ ਹੈ, ਮਿੱਠੇ ਦਾ ਇਹਦੇ 'ਚ ਰੋਲ ਇੰਨਾ ਕੁ ਹੈ ਮਿੱਠਾ ਖਾਣ ਦਾ। ਸ਼ੂਗਰ ਹੁੰਦੀ ਕਿਉਂ ਹੈ? ਸ਼ੂਗਰ ਹੁੰਦੀ ਹੈ ਜਿਹੜਾ ਤੁਹਾਡਾ ਇੱਕ ਬੀਟਾ ਸੈਲਸ ਪਾਰਟ ਹੈਗਾ ਪਿੰਕਰੀਆਜ਼ ਦਾ, ਜਦੋਂ ਬੀਟਾ ਸੈਲਸ ਇਨਸੁਲਿਨ ਨਹੀਂ ਬਣਾਉਂਦੇ ਅਤੇ ਤੁਹਾਡੀ ਬੋਡੀ ਨੂੰ ਇਨਸੁਲਿਨ ਜਿਹੜਾ ਮਿੱਠਾ ਖਾਧਾ ਹੁੰਦਾ, ਜਿਹੜਾ ਗਲੂਕੋਜ਼ ਗਿਆ ਹੁੰਦਾ, ਰੋਟੀ ਵੀ ਗਲੂਕੋਜ਼ ਹੁੰਦੀ ਹੈ, ਉਹਦੇ ਵਿੱਚ ਵੀ ਗਲੂਕੋਜ਼ ਹੈ, ਜਿਹੜੇ ਤੁਸੀਂ ਚਾਵਲ ਖਾਂਦੇ ਉਹਦੇ 'ਚ ਵੀ ਗਲੂਕੋਜ਼ ਹੈ, ਜੋ ਤੁਸੀਂ ਮਿੱਠਾ ਖਾਧਾ ਹੁੰਦਾ ਉਹਨੂੰ ਤੋੜ ਕੇ ਮੈਟਾਬੋਲਾਈਜ਼ ਕਰਕੇ ਐਨਰਜੀ 'ਚ ਕਨਵਰਟ ਕਰਦੀ ਹੈ ਇਨਸੁਲਿਨ। ਇਨਸੁਲਿਨ ਪੈਦਾ ਕੌਣ ਕਰਦਾ? ਪੈਂਕਰੀਆਜ਼। ਪੈਂਕਰੀਆਜ਼ ਦੇ ਕਿਹੜੇ ਸੈੱਲ ਪੈਦਾ ਕਰਦੇ? ਉਹਦਾ ਨਾਮ ਹੈ ਬੀਟਾ ਸੈੱਲਸ। ਬੀਟਾ ਸੈੱਲਸ ਜਿਹੜੇ ਨੇ ਉਹ ਇਨਸੁਲਿਨ ਬਣਾਉਂਦੇ ਨੇ ਅਤੇ ਅਲਫਾ ਸੈੱਲ ਉਹਨੂੰ ਪੋਟੈਂਟ ਇਨਸੁਲਿਨ ਬਣਾਉਂਦੇ ਨੇ, ਯਾਨੀ ਅੱਛੀ ਇਨਸੁਲਿਨ, ਗੁੱਡ ਇਨਸੁਲਿਨ। ਜੇ ਅਗਰ ਗੁੱਡ ਇਨਸੁਲਿਨ ਨਹੀਂ ਬਣਾ ਰਿਹਾ, ਲੇਕਿਨ ਬੀਟਾ ਸੈੱਲ ਇਨਸੁਲਿਨ ਪੂਰੀ ਬਣਾ ਰਿਹਾ ਲੇਕਿਨ ਉਹ ਗੁੱਡ ਇਨਸੁਲਿਨ ਨਹੀਂ ਹੈ, ਪੋਟੈਂਟ ਨਹੀਂ ਹੈ,
फिर भी तुहानू शुगर की मर्ज लाहक होएगी। तो पेंक्रियाज जिन्हों लबलबा कहने आपां पंजाबी च, ये पेंक्रियाज दे खराब होन तो शुगर होंदी है बंदे नू। हुण शुगर होंदी क्यों है? शुगर दे विच कुछ चीज़ों का शेयर 65% है, और 65% शेयर पता की दा? कुछ चीज़ों तो पाओ एदा दिमाग दा। अच्छा, तुहानू 100% चाहिए ना शुगर जिथो, तो उत्थे 65% उहदे च शेयर है दिमाग दा, डिप्रैशन दा। अच्छा। स्ट्रैस दा, एंगजाइटी दा, परेशानियां दा। जिंदगी च जिन्नियां परेशानियां आंदियां ने वह दिमाग ते असर करदियां ने। 65% शेयर है शुगर होण च दिमाग दा। अगर तुहानू गुस्सा आंदा है बहुत ज़्यादा, दूजियां लोगों नालों ज़्यादा आंदा है, तुसी कदे हसदे बहुत घट हो, तुसी शाम नू गौर करो ना, हसना तो सानू सारियां नू ही चाहिए। शाम नू अगर गौर करो ईवनिंग कि अज मैं दिन च किन्नी वारी हसया, किन्नी वारी मुस्कराया, किन्नी वारी स्माइल किया, किन्नी वारी लॉफ किया। तो मेरा ख्याल सानू कई बार इस तरह होंगे कि हफ्ता हफ्ता गुजर जाता सानू असी स्माइल नहीं करते। कभी नोट किया होना तुसी, बहुत सारे लोग ऐसे उन्होंने महीना महीना गुजर जाता, वो स्माइल नहीं करते, उन्होंने चेहरा इस तरह कुटिया होंगे हर वक्त। ਇਹਦਾ ਅਸਰ ਹੁੰਦਾ ਆਪਣੀ ਲਾਈਫ 'ਤੇ, ਦੂਸਰਿਆਂ 'ਤੇ ਤਾਂ ਤੁਸੀਂ ਅਸਰ ਪਾ ਹੀ ਰਹੇ ਹੋ ਆਪਣੇ ਗੁੱਸੇ ਨਾਲ, ਆਪਣੇ ਆਪ 'ਤੇ ਵੀ ਅਸਰ ਪਾ ਰਹੇ ਹੋ। 65% ਸ਼ੇਅਰ ਇਹਦੇ 'ਚ ਦਿਮਾਗ ਦਾ ਹੈ। ਤੁਹਾਨੂੰ ਅਗਰ ਟੈਨਸ਼ਨ ਹੈ, ਤੁਹਾਨੂੰ ਅਗਰ ਡਿਪਰੈਸ਼ਨ ਹੈ, ਤੁਹਾਨੂੰ ਅਗਰ ਸਟ੍ਰੈਸ ਹੈ, ਤੁਹਾਨੂੰ ਅਗਰ ਡਿਮੈਂਸ਼ੀਆ ਜਾਂ ਨਹੀਂ ਵੀ ਡਿਮੈਂਸ਼ੀਆ, ਤੁਸੀਂ ਗੁੱਸੇ 'ਚ ਰਹਿੰਦੇ ਹੋ ਹਰ ਵਕਤ, ਤੁਹਾਨੂੰ ਸ਼ੂਗਰ ਹੋਣ ਦੇ 65% ਚਾਂਸਿਸ ਹੈ। ਇੰਨੇ ਹਾਈ ਹੋ ਜਾਂਦੇ ਦੇ ਨਾਲ, ਇੰਨੇ ਹਾਈ, ਬਾਕੀ 35% ਇਹ ਹਰ ਇੱਕ ਏਜ ਗਰੁੱਪ 'ਚ ਇੰਨੇ ਚਾਂਸਿਸ ਹੀ ਹੁੰਦੇ ਆ? ਨਹੀਂ, ਸ਼ੂਗਰ ਦੀ ਇਹ ਤੁਹਾਨੂੰ ਮੈਂ ਕਿਸਮਾਂ ਵੀ ਦੱਸਦਾ, 3 ਤਰ੍ਹਾਂ ਦੀ ਸ਼ੂਗਰ ਹੁੰਦੀ ਹੈ, ਉਹਦੇ 'ਤੇ ਮੈਂ ਬਾਅਦ 'ਚ ਆਉਣਾ। ਜਿਹੜਾ ਰੈਸਟ 35% ਹੈ ਉਹਦੇ 'ਚ ਬਾਕੀ ਸਾਰੀਆਂ ਚੀਜ਼ਾਂ ਨੂੰ ਕਾਊਂਟ ਕਰ ਲਓ ਤੁਸੀਂ, ਜਿੰਨੀਆਂ ਟੋਟਲ ਚੀਜ਼ਾਂ ਨੇ, ਜਿਹਦੇ 'ਚ ਫੂਡ ਵੀ ਸ਼ਾਮਿਲ ਹੈ, ਜਿਹਦੇ 'ਚ ਇੱਕ ਮਿੱਠਾ ਵੀ ਸ਼ਾਮਿਲ ਹੈ, ਜਿਹਦੇ 'ਚ ਦਵਾਈਆਂ ਦੇ ਸਾਈਡ ਇਫੈਕਟਸ ਵੀ ਸ਼ਾਮਿਲ ਹੈ। ਕਦੀ ਕਿਸੇ ਦਵਾਈ ਦੇ ਸਾਈਡ ਇਫੈਕਟਸ ਨੇ ਤੁਹਾਨੂੰ ਤੁਹਾਡੇ ਪੈਂਕਰੀਆਸ ਨੂੰ ਡੈਮੇਜ ਕਰ ਦਿੱਤਾ, ਤੁਹਾਨੂੰ ਪੈਂਕਰੀਆਟਾਈਟਿਸ ਹੋ ਗਿਆ, ਜਾਂ ਕੁਛ ਵੀ ਪੈਂਕਰੀਆਸ ਦੇ ਨਾਲ ਹੋ ਗਿਆ, ਉਹ ਸਾਰਾ ਕੁਛ 35% ਜਾਂਦਾ। ਅੱਛਾ, 65% ਸ਼ੇਅਰ ਬ੍ਰੇਨ ਦਾ ਇਹਦੇ 'ਚ। ਇਹ ਮੈਂ ਆਊਟ ਆਫ ਦੀ ਬੋਕਸ ਗੱਲ ਕਰ ਰਿਹਾ, ਤੁਹਾਨੂੰ ਸ਼ਾਇਦ ਕਿਸੇ ਕਿਤਾਬ 'ਚ ਲਿਖੀ ਨਾ ਲੱਭੇ ਗੱਲ। ਮਤਲਬ ਅਸੀਂ ਕੀ ਸੋਚਦੇ ਹਾਂ, ਕੀ ਸਾਰੀ ਦਿਹਾੜੀ ਸਾਡੇ ਦਿਮਾਗ ਦੇ ਵਿੱਚ ਚੱਲਦਾ ਆ, ਉਹ ਸਾਰਾ ਮੈਟਰ ਕਰਦਾ ਇਸ ਚੀਜ਼ 'ਤੇ। ਉਹ ਮੈਟਰ ਨਾ ਸਿਰਫ ਸ਼ੂਗਰ ਵਾਸਤੇ ਕਰਦਾ, ਉਹ ਮੈਟਰ ਤੁਹਾਡੀ ਪੂਰੀ ਲਾਈਫ ਵਾਸਤੇ ਕਰਦਾ, ਤੁਹਾਡੇ ਰੋਜ਼ ਦੇ ਦਿਨ ਵਾਸਤੇ ਕਰਦਾ, ਨਾ ਸਿਰਫ ਤੁਹਾਡੇ ਲਈ ਕਰਦਾ। ਤੁਹਾਨੂੰ ਪਤਾ ਤੁਹਾਡੇ ਇਰਦ ਗਿਰਦ ਇੱਕ ਹਾਲਾ ਹੈ ਰੋਸ਼ਨੀ ਦਾ, ਇੱਕ ਦਾਇਰਾ ਜਿਹਨੂੰ ਅਸੀਂ ਔਰਾ ਕਹਿੰਦੇ ਹਾਂ। ਹਰ ਬੰਦੇ ਦਾ ਇੱਕ ਔਰਾ ਹੈ, ਹਰ ਬੰਦੇ ਦੇ ਇਰਦ ਗਿਰਦ ਅਰਾਊਂਡ ਇੱਕ ਐਨਰਜੀ ਦਾ ਔਰਾ ਹੈ, ਜਿਹੜਾ ਕਿਸੇ ਦੇ ਅਰਾਊਂਡ ਇੰਨਾ, ਕਿਸੇ ਦੇ ਇੰਨਾ, ਕਿਸੇ ਦਾ ਫੁੱਟ ਦਾ ਔਰਾ, ਕਿਸੇ ਦਾ ਮੀਲ ਮੀਲ ਦਾ ਔਰਾ। ਜਦੋਂ ਕੋਈ ਸ਼ਖਸ ਉਸ ਔਰੇ ਦੇ ਅੰਦਰ ਆਉਂਦਾ ਹੈ ਨਾ, ਤਾਂ ਉਹਦੀ ਪਰਸਨੈਲਿਟੀ ਦਾ ਉਹਦੇ 'ਤੇ ਅਸਰ ਹੁੰਦਾ। ਬਿਲਕੁਲ, ਅਸੀਂ ਇਸੇ ਤੋਂ ਹੀ ਦੇਖਦੇ ਹਾਂ ਕਿ ਕੁਛ ਲੋਕਾਂ ਨੂੰ ਅਸੀਂ ਮਿਲਦੇ ਹਾਂ ਅਤੇ ਸਾਨੂੰ ਅੱਛੇ ਲੱਗਣੇ ਸ਼ੁਰੂ ਹੋ ਜਾਂਦੇ, ਖਿੜ ਜਾਂਦਾ ਬੰਦਾ, ਖਿੜ ਜਾਂਦਾ, ਅਤੇ ਕੁਛ ਲੋਕਾਂ ਨੂੰ ਵੇਖ ਕੇ ਗੁੱਸਾ ਚੜ ਜਾਂਦਾ, ਤੁਸੀਂ ਲਾਂਭੇ ਉਹਦੀ ਲੰਘ ਜਾਂਦੇ ਹੋ ਵੀ ਇਹਨੂੰ ਕੀ ਮਿਲਣਾ ਯਾਰ, ਇਹਨੂੰ ਕੀ ਮਿਲਣਾ। ਇਹ ਔਰਾ ਉਹਦਾ ਤੁਹਾਡੇ 'ਤੇ ਅਸਰ ਕਰ ਰਿਹਾ ਹੁੰਦਾ। ਜਿਹੜੇ ਤੁਸੀਂ ਲਫ਼ਜ਼ ਮੂੰਹ ਤੋਂ ਕੱਢਦੇ ਹੋ, ਉਹ ਲਫ਼ਜ਼ਾਂ ਦੀਆਂ ਸ਼ਕਲਾਂ ਨੇ, ਉਸ ਲਫ਼ਜ਼ਾਂ ਦੀਆਂ ਪਿਕਚਰਸ ਬਣਦੀਆਂ ਨੇ ਤੁਹਾਡੇ ਅਰਾਊਂਡ। ਤੁਸੀਂ ਗਾਲੀਆਂ ਦਿੰਦੇ ਹੋ, ਅਬਿਊਜ਼ ਕਰਦੇ ਹੋ ਜ਼ਿਆਦਾ, ਉਹਦੀਆਂ ਵੀ ਪਿਕਚਰਾਂ ਬਣ ਰਹੀਆਂ ਨੇ, ਔਰ ਉਹ ਤੁਹਾਡੇ ਇਰਦ ਗਿਰਦ ਫਿਰਦੀਆਂ ਰਹਿੰਦੀਆਂ ਨੇ। ਜਦੋਂ ਕੋਈ ਉਹਨਾਂ ਪਿਕਚਰਾਂ ਦੇ ਕੋਲ ਟੱਚ ਹੁੰਦਾ, ਉਹਦੇ ਨਾਲ ਆਉਂਦਾ, ਅਤੇ ਉਹਦੇ 'ਤੇ ਵੀ ਉਹਦਾ ਅਸਰ ਹੁੰਦਾ। ਅਤੇ ਕੋਈ ਲੋਕ ਪੋਜ਼ਿਟਿਵ ਵਾਈਬਸ ਆਉਂਦੀਆਂ ਨੇ ਤੁਹਾਨੂੰ, ਕੁਛ ਲੋਕਾਂ ਕੋਲ ਮਿਲਣ ਨੂੰ ਦਿਲ ਕਰਦਾ, ਉਹ ਅੱਛੀਆਂ ਗੱਲਾਂ ਕਰਦੇ, ਉਹ ਨੀਅਤ ਦੇ ਅੱਛੇ ਨੇ, ਉਹ ਕਿਸੇ ਦਾ ਭਲਾ ਕਰਨਾ ਚਾਹੁੰਦੇ ਨੇ। ਜਦੋਂ ਤੁਸੀਂ ਕਿਸੇ ਦਾ ਭਲਾ ਕਰਨਾ ਚਾਹੁੰਦੇ ਹੋ, ਅਤੇ ਤੁਹਾਡੀਆਂ ਉਹਨਾਂ ਚੀਜ਼ਾਂ ਦੀਆਂ ਵੀ ਪਿਕਚਰਾਂ ਬਣਦੀਆਂ, ਤੁਸੀਂ ਅੱਛੀ ਐਡਵਾਈਸ ਦਿੰਦੇ ਹੋ, ਤੁਸੀਂ ਹੱਸ ਕੇ ਬੋਲਦੇ ਹੋ, ਤੁਸੀਂ ਕਿਸੇ ਨਾਲ ਖੁਸ਼ ਹੋ ਕੇ ਉਹਦੀ ਗੱਲ ਸੁਣਦੇ ਹੋ, ਉਹਨੂੰ ਗੱਲ ਸੁਣਾਉਂਦੇ ਹੋ, ਉਹ ਜਿਹੜਾ ਟਾਈਮ ਗੁਜ਼ਾਰਦੇ ਹੋ, ਹਰ ਹਰ ਲਫ਼ਜ਼, ਹਰ ਹਰ ਵਰਡ ਜਿਹੜਾ ਤੁਹਾਡੇ ਮੂੰਹ 'ਚੋਂ ਨਿਕਲਦਾ, ਉਹਦੀਆਂ ਸ਼ਕਲਾਂ ਬਣ ਰਹੀਆਂ ਨੇ, ਔਰ ਉਹ ਸ਼ਕਲਾਂ ਦੂਜਿਆਂ 'ਤੇ ਵੀ ਅਸਰ ਕਰ ਰਹੀਆਂ ਅਤੇ ਤੁਹਾਡੇ 'ਤੇ ਵੀ ਅਸਰ ਕਰ ਰਹੀਆਂ। ਜੇ ਤੁਸੀਂ ਹਰ ਵਕਤ ਗੁੱਸੇ 'ਚ ਰਹਿੰਦੇ ਹੋ, ਅਬਿਊਸਿਵ ਲੈਂਗੁਏਜ ਹੈ, ਤੁਸੀਂ ਦੂਸਰਿਆਂ ਨੂੰ ਜ਼ਿਆਦਾ ਤੰਗ ਕਰਦੇ ਹੋ, ਤਾਂ ਤੁਹਾਡਾ ਕੀ ਖਿਆਲ ਹੈ, ਤੁਸੀਂ ਸੁਖੀ ਰਹੋਗੇ? ਕਦੀ ਵੀ ਨਹੀਂ। ਉਹ ਜਿਹੜਾ ਬੰਦਾ ਕਰ ਰਿਹਾ ਤੰਗ, ਉਹਦੇ 'ਤੇ ਵੀ ਤਾਂ ਉਹਦਾ ਅਸਰ ਹੋ ਰਿਹਾ ਨਾ, ਕਿਉਂਕਿ ਉਹ ਪਿਕਚਰਾਂ ਉਹਦੇ ਨਾਲ ਹਰ ਵਕਤ ਆ। ਦੂਸਰੇ 'ਤੇ ਤਾਂ ਅਸਰ ਉਦੋਂ ਕਰਦੀਆਂ ਜਦੋਂ ਉਹਦੇ ਦਾਇਰੇ 'ਚ ਆਉਂਦਾ, ਆਪਣੇ 'ਤੇ ਤਾਂ ਉਹਦੇ ਕੰਟੀਨਿਊਸ ਅਸਰ ਕਰਦੇ, ਉਸੇ ਦਾਇਰੇ 'ਚ ਬੰਦਾ ਬੈਠਾ, ਉਸੇ ਦਾਇਰੇ 'ਚ ਬੈਠਾ। ਇਹ ਜੇ ਸ਼ੂਗਰ ਦੀ ਆਊਟ ਆਫ ਦਾ ਬੋਕਸ ਰੀਜ਼ਨ, ਕਦੀ ਕਿਸੇ ਨੇ ਦੱਸੀ ਨਹੀਂ ਹੋਏਗੀ ਤੁਹਾਨੂੰ ਇਹ ਰੀਜ਼ਨ। ਬਿਲਕੁਲ ਠੀਕ ਹੈ। ਬਹੁਤੀ ਵਾਰੀ ਤਾਂ ਮਿੱਠੇ ਨੂੰ ਲੈ ਕੇ ਜਾਂ ਅਸੀਂ ਮਤਲਬ ਉਲਝਦੇ ਰਹਿ ਜਾਂਦੇ ਹਾਂ ਵੀ ਜੋ ਖਾਧਾ ਪੀਤਾ ਉਹਦੇ 'ਚੋਂ ਇੱਦਾਂ ਹੋ ਗਿਆ। ਅੱਛਾ, ਹੁਣ ਜਿਹੜੀ ਇਹਨਾਂ ਦਾ ਕੀ, ਤੁਸੀਂ ਕਿਸਮਾਂ ਦੀ ਗੱਲ ਕਰਦੇ ਸੀ ਪਹਿਲਾਂ, ਕਿਸਮਾਂ ਦੱਸੋ, ਆਪਾਂ ਅਗਲੀ ਗੱਲ 'ਤੇ ਫਿਰ ਆਉਂਦੇ ਹਾਂ ਵੀ ਕਿੰਨੀਆਂ ਕਾਇੰਡਸ ਹੁੰਦੀਆਂ ਨੇ ਇਹਦੀਆਂ? 3 ਕਾਇੰਡਸ ਨੇ ਸ਼ੂਗਰ ਦੀਆਂ, ਤੁਸੀਂ ਅੱਜ ਤੱਕ 2 ਹੀ ਸੁਣੀਆਂ ਹੋਣੀਆਂ। ਇੱਕ ਇਨਸੁਲਿਨ ਵਾਲੀ,
ਲਾਉਣ ਵਾਲੀ ਇੰਜੈਕਸ਼ਨ ਲਾਉਣ ਵਾਲੀ ਤੇ ਇੱਕ ਗੋਲੀ ਖਾਣ ਵਾਲੀ ਇੱਕ ਟਾਈਪ 1 ਤੇ ਇੱਕ ਟਾਈਪ 2 ਤੁਸੀਂ ਦੋ ਹੀ ਸੁਣੀਆਂ ਹੋਣੀਆਂ ਮੈਂ ਇਹਨੂੰ ਤਿੰਨ ਟਾਈਪ 'ਚ ਕੰਸਿਡਰ ਕਰਦਾ ਉਹ ਕਿਹੜੀਆਂ ਜੀ ਇੱਕ ਟਾਈਪ 1 ਜਿਹਦੇ 'ਚ ਜਿਹਦਾ ਨਾਮ ਹੈ ਇਡਮ ਇਨਸੁਲਿਨ ਡਿਪੈਂਡੈਂਟ ਡਾਇਬਟੀਜ਼ ਮੈਲਾਈਟਸ ਜਿਹਦੇ 'ਚ ਤੁਸੀਂ ਇਨਸੁਲਿਨ ਤੋਂ ਬਗੈਰ ਤੁਸੀਂ ਗੁਜ਼ਾਰਾ ਨਹੀਂ ਕਰ ਸਕਦੇ ਇੱਕ ਟਾਈਪ 2 ਜਿਹਦਾ ਨਾਮ ਹੈ ਨਿਡਮ ਨੋਨ ਇਨਸੁਲਿਨ ਡਿਪੈਂਡੈਂਟ ਡਾਇਬਟੀਜ਼ ਮੈਲਾਈਟਸ ਉਹ 'ਚ ਤੁਸੀਂ ਗੋਲੀ ਖਾ ਕੇ ਆਪਣੀ ਸ਼ੂਗਰ ਨੂੰ ਲੋ ਕਰ ਸਕਦੇ ਹੋ ਅਗਰ ਥੋੜ੍ਹਾ ਟਾਈਮ ਸਾਡੇ ਕੋਲ 2-3-4 ਘੰਟੇ ਦਾ ਹੁੰਦਾ ਤਾਂ ਮੈਂ ਤੁਹਾਨੂੰ ਅੱਜ ਸ਼ੂਗਰ 'ਚ PhD ਕਰਾ ਕੇ ਜਾਣੀ ਸੀ ਤੁਹਾਨੂੰ ਇਹ ਗੱਲਾਂ ਕਿਸੇ ਨੇ ਦੱਸਣੀਆਂ ਹੀ ਨਹੀਂ ਜਿਹੜੀਆਂ ਮੈਂ ਦੱਸਣੀਆਂ ਤੁਹਾਨੂੰ ਉਹ ਜਿਹੜੀਆਂ ਅਸੀਂ ਕਿਤਾਬਾਂ ਪੜ੍ਹਦੇ ਹਾਂ ਨਾ ਜਦੋਂ ਐਕਸਪੀਰੀਅੰਸ ਕਰਦੇ ਹਾਂ ਤਾਂ ਉਹ ਫਿਰ ਉਹ ਡਬਲ ਹੋ ਜਾਂਦੀਆਂ ਚੀਜ਼ਾਂ ਫਿਰ ਤੁਸੀਂ ਆਪਣਾ ਐਕਸਪੀਰੀਅੰਸ ਨੂੰ ਸ਼ੇਅਰ ਕਰੋ ਲੋਕਾਂ ਨਾਲ ਜਦੋਂ ਤੁਸੀਂ ਲੋਕਾਂ ਨਾਲ ਸ਼ੇਅਰ ਕਰਦੇ ਹੋ ਤਾਂ ਉਹਨਾਂ ਦਾ ਭਲਾ ਹੁੰਦਾ ਫਾਇਦਾ ਹੁੰਦਾ ਇਸ ਨੀਅਤ ਨਾਲ ਸ਼ੇਅਰ ਕਰੋ ਤੀਸਰੀ ਵੀ ਇਹਦੀ ਕਿਸਮ ਹੈ ਜਿਹਨੂੰ ਅਸੀਂ ਜੁਵੀਨਾਈਲ ਡਾਇਬਟੀਜ਼ ਕਹਿੰਦੇ ਹਾਂ ਇਨਹੈਰੀਟੈਂਸ ਤੋਂ ਜਿਹੜੀ ਬਚਪਨ ਤੋਂ ਬਹੁਤ ਸਾਰੇ ਬੱਚਿਆਂ ਨੂੰ ਹੋ ਜਾਂਦੀ ਹੈ ਤੁਸੀਂ ਦੇਖਿਆ ਹੋਣਾ 2-3 ਸਾਲ ਦਾ ਬੱਚਾ ਉਹਨੂੰ ਸ਼ੂਗਰ ਹੋਈ ਹੋਈ ਹੈ 7 ਸਾਲ ਦਾ ਬੱਚਾ ਅੱਜ ਕੱਲ੍ਹ ਸੁਣਨ ਨੂੰ ਮਿਲਦੀਆਂ ਨੇ ਇਹ ਤੀਸਰੀ ਟਾਈਪ ਹੈ ਸ਼ੂਗਰ ਦੀ ਇਹ ਦੋਵਾਂ ਨਾਲੋਂ ਜ਼ਿਆਦਾ ਖਤਰਨਾਕ ਆ ਉਹਦੇ 'ਚ ਵੀ ਆਰਾਮ ਆ ਜਾਂਦਾ ਲੇਕਿਨ ਉਹਨੂੰ ਥੋੜ੍ਹਾ ਟਾਈਮ ਲੱਗਦਾ ਖਤਰਨਾਕ ਕਿਉਂ ਆ ਖਤਰਨਾਕ ਇਸ ਤੋਂ ਆ ਕਿ ਉਹ ਬਗੈਰ ਇਨਸੁਲਿਨ ਤਾਂ ਗੁਜ਼ਾਰਾ ਹੀ ਨਹੀਂ ਹੋ ਸਕਦਾ ਉਹਦਾ ਔਰ ਇਨਸੁਲਿਨ ਵੀ ਉਹਦੀ ਕਦੇ ਅਬਰਪਟ ਅਸਰ ਕਰਦੀ ਹੈ ਕਿ ਕਦੇ ਇਨਸੁਲਿਨ ਥੋੜ੍ਹੀ ਜਿਹੀ 4 ਯੂਨਿਟ ਲਾਏ ਤਾਂ ਉਹਦੀ ਸ਼ੂਗਰ ਬਿਲਕੁਲ ਡਾਊਨ ਹੋ ਗਈ ਕਦੇ 8 ਲਾਏ ਤਾਂ ਸ਼ੂਗਰ ਡਾਊਨ ਨਹੀਂ ਹੋਈ ਫਿਰ ਬੱਚੇ ਆ ਬੱਚਿਆਂ ਨੂੰ ਕੋਈ ਪਤਾ ਨਹੀਂ ਕਿ ਅਸੀਂ ਕੀ ਨਹੀਂ ਖਾਣਾ ਅਤੇ ਕੀ ਖਾਣਾ ਬਚਪਨ 'ਚ ਬੱਚੇ ਚਿੜਚਿੜੇ ਹੋ ਜਾਂਦੇ ਉਹਨਾਂ ਨੂੰ ਗੁੱਸਾ ਆਉਣਾ ਲੱਗ ਜਾਂਦਾ ਜਦੋਂ ਉਹਨਾਂ ਨੂੰ ਸ਼ੂਗਰ ਹੋ ਜਾਂਦੀ ਹੈ ਕਿ ਮੇਰੇ ਸੂਈਆਂ ਲਾ ਰਹੇ ਹੋ ਉਹਨੇ ਇੰਨੀ ਕੁ ਮਾਸੂਮ ਜਾਨ ਹੈ ਉਹਨੂੰ ਤੁਸੀਂ ਇੰਜੈਕਸ਼ਨ ਲਾ ਰਹੇ ਹੋ ਇਨਸੁਲਿਨ ਦਾ ਗੋ ਕਿ ਉਹ ਬੜਾ ਨਾਜ਼ੁਕ ਇੰਜੈਕਸ਼ਨ ਹੁੰਦਾ ਉਹਦਾ ਪਤਾ ਨਹੀਂ ਲੱਗਦਾ ਲੇਕਿਨ ਫਿਰ ਵੀ ਇੱਕ ਬੱਚੇ ਨੂੰ ਸੂਈ ਤਾਂ ਲੱਗ ਰਹੀ ਹੈ ਨਾ ਫਿਰ ਉਹਨੂੰ ਸੂਈ ਹਰ ਖਾਣੇ ਤੋਂ ਪਹਿਲਾਂ ਲਾਉਣੀ ਤੁਸੀਂ ਡਾਕਟਰ ਸਾਹਿਬ ਫਿਰ ਆਪਾਂ ਇਲਾਜ ਤੋਂ ਬਾਅਦ ਚਾਹੁੰਦੇ ਪਰਹੇਜ਼ ਕੀ ਹੈ ਇਹਦਾ ਇਹਦਾ ਪਰਹੇਜ਼ ਆ ਲੋਕਾਂ ਨੂੰ ਤੰਗ ਕਰਨਾ ਛੱਡ ਦਿਓ ਖੁਸ਼ ਰਹੋ ਅਤੇ ਖੁਸ਼ ਰੱਖੋ ਇਹ ਇਹਦਾ ਸਭ ਤੋਂ ਵੱਡਾ ਪਰਹੇਜ਼ ਇਹਦੇ ਸਸਤੇ 'ਚ ਮੁਕਾਤਾ ਪਰ ਇਹ ਮਹਿੰਗੇ ਭਾਵ ਨਹੀਂ ਮਿਲਦਾ ਇਹ ਮਹਿੰਗੇ ਭਾਵ ਨਹੀਂ ਰਹੇ ਅਸੀਂ ਆਪ ਖੁਸ਼ ਰਹਿਣਾ ਚਾਹੁੰਦੇ ਹਾਂ ਲੇਕਿਨ ਅਸੀਂ ਦੂਸਰਿਆਂ ਦੀ ਜ਼ਿੰਦਗੀ ਨੂੰ ਦੋਜ਼ਖ ਬਣਾਉਣਾ ਚਾਹੁੰਦੇ ਹਾਂ ਦੂਸਰਿਆਂ ਦੀ ਜ਼ਿੰਦਗੀ ਨੂੰ ਅਸੀਂ ਹੈਲ ਬਣਾਉਣਾ ਚਾਹੁੰਦੇ ਹਾਂ ਆਪ ਅਗਰ ਤੁਸੀਂ ਖੁਸ਼ ਰਹਿਣਾ ਚਾਹੁੰਦੇ ਹੋ ਤਾਂ ਦੂਸਰਿਆਂ ਦੀ ਜ਼ਿੰਦਗੀ ਨੂੰ ਖੁਸ਼ ਨਹੀਂ ਰੱਖਦੇ ਤੁਸੀਂ ਆਪ ਕਦੇ ਵੀ ਨਹੀਂ ਖੁਸ਼ ਰਹਿ ਸਕਦੇ ਤੁਸੀਂ ਅਗਰ ਆਪ ਖੁਸ਼ ਰਹਿਣਾ ਤਾਂ ਪਹਿਲੇ ਦੂਸਰੇ ਨੂੰ ਖੁਸ਼ ਕਰੋ ਪਹਿਲੇ ਦੂਸਰੇ ਦਾ ਭਲਾ ਕਰੋ ਪਹਿਲੇ ਦੂਸਰੇ ਦਾ ਫਾਇਦਾ ਸੋਚੋ ਪਹਿਲੇ ਦੂਸਰੇ ਨੂੰ ਫਾਇਦਾ ਪਹੁੰਚਾਓ ਜਦੋਂ ਤੁਸੀਂ ਦੂਸਰੇ ਨੂੰ ਫਾਇਦਾ ਪਹੁੰਚਾਉਂਦੇ ਹੋ ਨਾ ਤਾਂ ਉੱਪਰ ਵਾਲਾ ਜਿਹੜਾ ਦੇਖ ਰਿਹਾ ਉਹ ਤਾਂ ਤੁਹਾਨੂੰ ਦੋਵਾਂ ਨੂੰ ਦੇਖ ਰਿਹਾ ਨਾ ਨਿਊਟਰਲ ਹੈ ਉਹ ਤੁਹਾਡਾ ਫਾਇਦਾ ਨਾਲ ਹੀ ਕਰ ਦਿੰਦਾ ਤੁਸੀਂ ਆਪਣੇ ਫਾਇਦੇ ਨੂੰ ਭੁੱਲ ਜਾਓ ਬਾਕੀ ਦੀ ਭਲਾ ਹੋ ਭਲਾ ਹੋ ਜਾਂਦਾ ਸਰਬੱਤ ਦਾ ਭਲਾ ਆਉਂਦਾ ਐਗਜ਼ੈਕਟਲੀ ਇਹੀ ਦੁਨੀਆ ਇਹੀ ਜ਼ਿੰਦਗੀ ਹੈ ਜੇ ਤੁਸੀਂ ਕਿਸੇ ਨੂੰ ਤਕਲੀਫ ਨਹੀਂ ਦਿੰਦੇ ਤਾਂ ਤੁਹਾਨੂੰ ਤਕਲੀਫ ਨਹੀਂ ਆਉਂਦੀ ਇਹ ਬੜੀ ਕਲੀਅਰ ਗੱਲ ਹੈ ਇਨਸਾਨ ਆਪਣੀਆਂ ਤਕਲੀਫਾਂ ਦਾ ਜ਼ਿੰਮੇਦਾਰ ਖੁਦ ਹੈ ਜੋ ਉਹ ਕਰਦਾ ਉਹਨੂੰ ਉਹਦਾ ਹੀ ਸਿਲਾ ਮਿਲਦਾ ਕਰ ਭਲਾ ਹੋ ਭਲਾ ਐਵੇਂ ਤਾਂ ਨਹੀਂ ਇਹ ਗੱਲ ਬਣੀ ਇਹ ਐਵੇਂ ਤਾਂ ਨਹੀਂ ਬਣ ਗਈ ਸੀ ਕਿਸੇ ਨੇ ਭਲਾ ਕੀਤਾ ਕਿਸੇ ਦਾ ਤਾਂ ਉਹਦਾ ਭਲਾ ਹੋਇਆ ਜੇ ਕਿਸੇ ਨੇ ਭਲਾ ਕੀਤਾ ਉਹਦਾ ਬੁਰਾ ਨਹੀਂ ਹੋ ਸਕਦਾ ਜੇ ਉਹਦਾ ਬੁਰਾ ਹੋਏਗਾ ਤਾਂ ਉਹ ਉਹਨੂੰ ਕਨਵਰਟ ਕਰ ਦੇਗਾ ਭਲੇ 'ਚ ਉਹ ਜਿਹੜਾ ਉੱਪਰ ਬੈਠਾ ਜਿਹੜਾ ਦੇਖ ਰਿਹਾ ਉਹ ਸਭ ਤੋਂ ਵੱਡਾ ਅਤੇ ਸਭ ਤੋਂ ਪਹਿਲਾਂ ਤਾਂ ਇਹੀ ਮਸ਼ਵਰਾ ਕਿ ਬੁਰਾ ਨਾ ਕਰੋ ਆਪਣੀ ਅੰਦਰ ਜਿਹੜੀ ਇਨਸਾਈਟ ਹੈ ਨਾ ਆਪਣੀ ਨੀਯਤ ਹੈ ਉਹਨੂੰ ਅੱਛਾ ਕਰ ਉਹਨੂੰ ਬੁਰਾ ਉਹਨੂੰ ਨੀਯਤਨ ਤੁਸੀਂ ਅੱਛੇ ਇਨਸਾਨ ਹੋ ਜਾਓ ਜਦੋਂ ਅੰਦਰੋਂ ਤੁਸੀਂ ਅੱਛੇ ਇਨਸਾਨ ਹੋ ਗਏ ਤੁਸੀਂ ਕੁਛ ਵੀ ਬੋ ਕੱਢੋਗੇ ਉਹ ਭਲੇ ਦਾ ਹੀ ਨਿਕਲੇ ਉਹ ਬੁਰਾਈ ਦਾ ਨਿਕਲੇਗਾ ਹੀ ਨਹੀਂ ਮੇਰੇ ਕੋਲ ਬਹੁਤ ਸਾਰੇ ਲੋਕ ਆਉਂਦੇ ਪੇਸ਼ੈਂਟ ਕਲੀਨਿਕ 'ਤੇ ਜਦੋਂ ਪਿਛਲੀ ਵਾਰੀ ਆਏ ਸੀ ਅਤੇ ਉਹ ਇਸ ਤਕਲੀਫ 'ਚ ਸੀ ਅਤੇ ਜਦੋਂ ਹੁਣ ਆਏ ਤਾਂ ਉਹ ਹੱਸਦੇ ਆ ਰਹੇ ਅਤੇ ਉਦੋਂ ਤੁਸੀਂ ਸੋਚ ਨਹੀਂ ਸਕਦੇ ਮੇਰਾ ਦਿਲ ਐਡਾ ਹੋ ਜਾਂਦਾ ਮੈਂ ਬੜਾ ਖੁਸ਼ ਹੁੰਦਾ ਅਤੇ ਇਹੀ ਮੈਂ ਅਗਰ ਇਹ ਸੋਚ ਲਵਾਂ ਕਿ ਇਹਦੇ ਤੋਂ ਤਾਂ ਮੈਂ ਪੈਸੇ ਲੈਣੇ ਆ ਦੇਖੋ ਇੱਕ ਪਾਸੇ ਮੇਰੀ ਇਹ ਸੋਚ ਆ ਕਿ ਮੈਂ ਇਹਨੂੰ ਠੀਕ ਕਰਨਾ ਇੱਕ ਪਾਸੇ ਉਹ ਸੋਚ ਆ ਕਿ ਮੈਂ ਇਹਦੇ ਤੋਂ ਦੌਲਤ ਲੈਣੀ ਪੈਸੇ ਲੈਣੇ ਮਨੀ ਲੈਣੇ ਅਤੇ ਕਿਹੜਾ ਬਿਹਤਰ ਪੈਸੇ ਤਾਂ ਤੈਨੂੰ ਭਲਾ ਕਰਕੇ ਵੀ ਆਈ ਜਾਣੇ ਆ ਤੇ ਜੇ ਤੂੰ ਸਿਰਫ ਸੋਚ ਹੀ ਪੈਸਿਆਂ ਦੀ ਰੱਖ ਲਈ ਤੇ ਫਿਰ ਭਲਾ ਨਹੀਂ ਸੀਮਤ ਹੋ ਗਿਆ ਨਾ ਫਿਰ ਪੈਸੇ ਦਾ ਹਾਂ ਉਹ ਸਹੀ ਭਲਾ ਨਹੀਂ ਹੋਣਾ ਫਿਰ ਭਲਾ ਫਾਲਟੀ ਹੋ ਗਿਆ ਫਿਰ ਅੱਛਾ ਭਲਾ ਕਰਨ ਤੋਂ ਇਲਾਵਾ ਵੀ ਕੋਈ ਪਰਹੇਜ਼ ਕਰਨਾ ਪੈਣਾ ਕਿ ਜਾਂ ਸਭੇ ਕੁਝ ਇਹਦੇ ਵਿੱਚ ਆ ਗਿਆ 90% ਇਹਦੇ 'ਚ ਹੀ ਆ ਗਿਆ 10% ਵੀ ਦੱਸ ਦਿਓ ਜਿਹੜਾ 10% ਹੈ ਤੁਸੀਂ ਦੇਖੋ ਆਪਾਂ ਬੇਨੁਤਕਾ ਖਾਂਦੇ ਹਾਂ ਅਸੀਂ ਜਿਹੜਾ ਕੁਛ ਖਾਂਦੇ ਹਾਂ ਉਹਨੂੰ ਅਸੀਂ ਐਬਜ਼ੋਰਬ ਨਹੀਂ ਕਰਦੇ ਉਹਨੂੰ ਬਰਨ ਨਹੀਂ ਕਰਦੇ ਅਸੀਂ ਕਦੀ ਰਾਤ ਨੂੰ ਘਰ ਗਏ ਅਤੇ ਸੌਣ ਤੋਂ ਘੰਟਾ ਪਹਿਲੇ ਖਾਣਾ ਖਾਧਾ ਅਤੇ ਫਿਰ ਅੱਧਾ ਘੰਟਾ ਘੰਟਾ ਬੈਠੇ ਰਹੇ ਅਤੇ ਸੌਂ ਗਏ ਉਹ ਸਟਮਕ 'ਚ ਤੁਹਾਡੇ ਖਾਣਾ ਪਿਆ ਰਹਿੰਦਾ ਉਹਨੂੰ ਡਾਈਜਸਟ ਨਹੀਂ ਹੋਣ ਦਾ ਮੌਕਾ ਲੱਗਦਾ ਫਿਰ ਉਹਦੀ ਜਿਹੜੀ ਜਿਹੜਾ ਉਹਦਾ ਗਲੂਕੋਜ਼ ਉਹਦੇ 'ਚੋਂ ਨਿਕਲਣਾ
ਉਹਨੂੰ ਤੋੜਨ ਦਾ ਮੌਕਾ ਨਹੀਂ ਮਿਲਿਆ ਬਾਡੀ ਨੂੰ, ਬਾਡੀ ਕਿੰਨੇ ਕੁ ਸਾਲ ਤੱਕ ਇਹ ਕਰਦੀ ਰਹੇਗੀ, ਤੁਹਾਡੀਆਂ ਬੁਰੀਆਂ ਆਦਤਾਂ ਨੂੰ ਕਵਰ ਕਰਦੀ ਰਹੇਗੀ। ਇੱਕ ਦਿਨ ਆਏਗਾ ਤੁਹਾਨੂੰ ਇੱਕ ਮਰਜ਼ ਲੱਗੇਗੀ, ਦੂਸਰੀ ਲੱਗੇਗੀ, ਤੀਸਰੀ ਲੱਗੇਗੀ, ਜਿਹੜਾ ਜਿਹੜੀ ਮਰਜ਼ ਦੇ ਜ਼ਿਆਦਾ ਨਜ਼ਦੀਕ ਹੋਏਗਾ, ਜ਼ਿਆਦਾ ਕਰੀਬ ਹੋਏਗਾ, ਜ਼ਿਆਦਾ ਨੇੜੇ ਹੋਏਗਾ, ਉਹਨੂੰ ਉਹ ਜਲਦੀ ਲੱਗ ਜਾਏਗੀ। ਫਿਰ ਤੁਸੀਂ ਸ਼ੂਗਰ ਬੇਤਹਾਸ਼ਾ ਖਾਂਦੇ ਆਪਾਂ, ਮੇਰੇ ਕਲੀਨਿਕ 'ਚ ਔਫਿਸ 'ਚ ਨਾ ਅਸੀਂ ਕੈਂਡੀਆਂ ਰੱਖੀਆਂ ਹੋਈਆਂ, ਮੇਰੀ ਆਦਤ ਹੈ ਕਿ ਮੈਂ ਕਿਸੇ ਨੂੰ ਖਾਏ ਪੀਏ ਬਗੈਰ ਜਾਣ ਨਹੀਂ ਦਿੰਦਾ, ਮੇਰਾ ਇਹ ਦਿਲ ਕਰਦਾ ਕਿ ਕੋਈ ਵੀ ਮੇਰੇ ਕੋਲ ਆਵੇ, ਕੁਛ ਨਾ ਵੀ ਖਾਵੇ ਤਾਂ ਪਾਣੀ ਦਾ ਗਲਾਸ ਜ਼ਰੂਰ ਪੀ ਕੇ ਜਾਵੇ, ਮੇਰਾ ਦਿਲ ਕਰਦਾ ਕਿ ਕੋਈ ਮੇਰੇ ਘਰ ਆਵੇ, ਕੁਛ ਨਾ ਕੁਛ ਖਾ ਪੀ ਕੇ ਜਾਵੇ ਮੇਰੇ ਕੋਲੋਂ। ਉਹ ਹੁਣ ਹਰ ਇੱਕ ਨੂੰ ਤਾਂ ਤੁਸੀਂ ਪੇਸ਼ੈਂਟ ਨੂੰ ਕੁਛ ਨਹੀਂ ਖਵਾ ਸਕਦੇ, ਮੈਂ ਇਸ ਨੀਅਤ ਨਾਲ ਕੈਂਡੀਆਂ ਰੱਖੀਆਂ ਹੋਈਆਂ ਬਾਹਰ, ਬੜੀਆਂ ਅੱਛੀਆਂ ਅੱਛੀਆਂ ਕੁਆਲਿਟੀ ਦੀਆਂ, ਮਹਿੰਗੀਆਂ ਮਹਿੰਗੀਆਂ ਲਿਆ ਕੇ ਮੈਂ ਰੱਖਦਾ, ਅੰਦਰ ਵੀ ਰੱਖੀ ਹੋਈ ਆਪਣੇ ਕਲੀਨਿਕ 'ਤੇ। ਕਈ ਲੋਕ ਆਉਂਦੇ, ਮੈਂ ਹੁਣ ਉਹਨਾਂ ਨੂੰ ਖੁਸ਼ ਹੁੰਦਾ ਕਿ ਜਦੋਂ ਖਾ ਰਹੇ ਹੁੰਦੇ, ਲੇਕਿਨ ਮੈਨੂੰ ਪਤਾ ਤਾਂ ਲੱਗ ਰਿਹਾ ਹੁੰਦਾ ਨਾ ਕਿ ਇਹ ਆਪਣਾ ਨੁਕਸਾਨ ਵੀ ਵਿੱਚ ਕਰ ਰਹੇ। ਇੱਕ ਗਈ ਅੱਧੇ ਮਿੰਟ 'ਚ ਉਹ ਅੰਦਰ ਤੋੜ ਤੋੜ ਕੇ, ਦੂਸਰੀ ਫੌਰਨ, ਤੀਸਰੀ ਫੌਰਨ, ਚੌਥੀ ਫੌਰਨ, ਮੇਰਾ ਕੁਛ ਨਹੀਂ ਜਾ ਰਿਹਾ, ਲੇਕਿਨ ਤੁਸੀਂ ਮਿੱਠਾ ਖਾ ਰਹੇ ਹੋ ਬੇਤਹਾਸ਼ਾ। ਉਹਨੂੰ ਪਤਾ ਹੀ ਨਹੀਂ ਕਿ ਮੈਂ ਕਿੰਨੀਆਂ ਕੁ ਖਾ ਗਿਆ, ਉਹ ਘਰ ਵੀ ਇਸ ਤਰ੍ਹਾਂ ਹੀ ਖਾਂਦਾ ਹੋਏਗਾ, ਉਹ ਜਿੱਥੇ ਬੈਠਦਾ ਹੋਏਗਾ ਇਸ ਤਰ੍ਹਾਂ ਖਾਂਦਾ ਹੋਏਗਾ। ਫਿਰ ਆਪਾਂ ਪੈਪਸੀ ਪੀਂਦੇ ਹਾਂ, ਸੈਵਨ ਅਪ ਪੀਂਦੇ ਹਾਂ, ਕੋਕ ਪੀਂਦੇ ਹਾਂ, ਤੁਹਾਨੂੰ ਪਤਾ ਇੱਕ ਐਡਾ ਟਿਨ ਪੈਕ ਜਿਹੜਾ ਸੈਵਨ ਅਪ ਜਾਂ ਕੋਕ ਦਾ, ਉਹਦੇ 'ਚ ਕਿੰਨੀ ਚੀਨੀ ਹੁੰਦੀ ਹੈ, ਗੈਸ ਕਰੋ। ਮੇਰੇ ਖਿਆਲ ਪੜਿਆ 30-35 ਗ੍ਰਾਮ ਸ਼ਾਇਦ ਹੁੰਦੀ ਹੈ, 45 ਗ੍ਰਾਮ, 45 ਹਾਂ ਕੁਛ, 8.5 ਚਮਚ ਬਣਦੇ, ਬੱਲੇ ਬੱਲੇ ਬੱਲੇ, ਇੱਕ ਦੇ ਵਿੱਚ ਚਾਵਲ ਖਾਣ ਵਾਲੇ ਚਮਚ 8.5 ਚਮਚ ਬਣਦੇ 45 ਗ੍ਰਾਮ। ਤੁਸੀਂ ਇੱਕ ਪੈਪਸੀ ਕੋਕ ਸੈਵਨ ਅਪ ਪੀ ਕੇ ਤੁਸੀਂ 8.5 ਚਮਚ ਚੀਨੀ ਦਾ ਖਾ ਲੈਂਦੇ ਹੋ, ਮੈਂ ਤੁਹਾ�ੂੰ ਹੁਣ ਕਹਾਂ 8 ਚਮਚ ਖਾਓ, ਖਾਓਗੇ ਤੁਸੀਂ ਇੱਕ ਬਮੁਸ਼ਕਲ ਖਾਣਾ, ਉਹ ਵੀ ਚਬਾ ਚਬਾ ਕੇ ਬੜੀ ਦੇਰ ਲਾਓਗੇ, ਤਾਂ ਤੁਸੀਂ 8.5 ਚਮਚ। ਅਗਰ ਕਦੇ ਤੁਸੀਂ, ਮੇਰੀ ਪੋਸਟਿੰਗ ਹੁੰਦੀ ਸੀਗੀ ਸਾਰੇ ਬੈਵਰੇਜਿਸ ਦੀਆਂ ਫੈਕਟਰੀਆਂ 'ਤੇ, ਕੋਕ ਪਾਕਿਸਤਾਨ 'ਚ ਜਿਹੜੀਆਂ ਹੁੰਦੀਆਂ ਸੀ, ਅਤੇ ਮੈਂ ਉਹਨਾਂ ਨੂੰ ਜਾ ਕੇ ਦੇਖਣਾ, ਮੈਂ ਕਹਿੰਦਾ ਯਾਰ ਇਹ ਬੰਦੀ ਕਿਵੇਂ ਆ ਪੈਪਸੀ ਕੋਕ ਨਾ, ਮੈਂ ਅੰਦਰ ਚਲੇ ਜਾਣਾ, ਮੈਂ ਤਾਂ ਅਫਸਰ ਸੀਗਾ, ਅਤੇ ਮੈਂ ਦੇਖਣਾ, ਅਤੇ ਉਹ ਉਹਨਾਂ ਦਾ ਜਿਹੜਾ ਯੂਨਿਟ ਆ ਨਾ, ਇਹ ਇੰਨਾ ਇੱਕ ਯੂਨਿਟ ਹੁੰਦਾ, ਉਹਦੇ 'ਚ 4500 ਕਰੇਟ ਬਣਦੇ ਸੀ ਬੋਤਲਾਂ ਦੇ, ਇੱਕ ਕਰੇਟ ਜਿਹ 'ਚ 24 ਬੋਤਲਾਂ ਹੁੰਦੀਆਂ ਨਾ, ਕੇਨ ਜਿਹੜੀ, ਉਹ ਇੱਕ ਕਰੇਟ 'ਚ 24 ਬੋਤਲਾਂ, ਉਹਦੇ 4500 ਕਰੇਟ ਬਣਦੇ ਸੀ ਇੱਕ ਦਿਨ 'ਚ, ਇੱਕ ਯੂਨਿਟ ਦੇ, ਐਡੇ ਯੂਨਿਟ ਐਸੈਂਸ ਜਿਹੜਾ ਨਾ ਕੋਕ ਦਾ ਐਸੈਂਸ, ਜਿਹੜਾ ਕੋਕ ਫੈਕਟਰੀ ਉਹਨਾਂ ਨੂੰ ਭੇਜਦੀ ਹੈ ਬੋਤਲਾਂ 'ਚ ਐਡੀਆਂ ਐਡੀਆਂ 'ਚ, ਉਹਦੇ 'ਚੋਂ ਇੰਨਾ ਐਸੈਂਸ 4500 ਕਰੇਟਸ ਬਣਾਉਂਦਾ ਸੀ। ਅੱਛਾ, ਔਰ ਉਸ ਐਸੈਂਸ ਨੂੰ ਅਗਰ ਕੋਈ ਸ਼ਖਸ ਡਾਇਰੈਕਟ ਇਸ ਤਰ੍ਹਾਂ ਚੱਕ ਲਵੇ ਤਾਂ ਉਹ 1 ਸੈਕਿੰਡ ਤੋਂ ਜ਼ਿਆਦਾ ਬਚੇਗਾ ਨਹੀਂ, ਫੁੜਕ ਕੇ ਡਿੱਗ ਜਾਏਗਾ। ਉਹ ਕੜਵਾ ਇੰਨਾ ਕਿ ਅਸੀਂ ਉਹਦੇ ਕਈ ਤਜਰਬੇ ਕੀਤੇ, ਅੱਧੀ ਸੈਵਨ ਅਪ ਲੈਣੀ, ਅੱਧਾ ਉਹਦੇ 'ਚ ਪਾਣੀ ਪਾ ਲੈਣਾ, ਜਿੰਨੀ ਸੈਵਨ ਅਪ ਓਨਾ ਪਾਣੀ ਪਾ ਲੈਣਾ, ਉਹ ਕੜਵੀ ਹੋ ਜਾਂਦੀ ਸੀ, ਕੌੜੀ ਹੋ ਜਾਂਦੀ ਸੀ, ਪੀਤੀ ਨਹੀਂ ਸੀ ਜਾਂਦੀ। ਅੱਛਾ, ਉਹਦੇ ਐਸੈਂਸ ਨੂੰ ਮਿੱਠਾ ਕਰਨ ਲਈ ਉਹਦੇ 'ਚ ਚੀਨੀ ਪਾਈ ਜਾਂਦੀ ਹੈ, ਇਹ ਰੀਜ਼ਨ ਹੈ ਇੱਕ ਬੋਤਲ 'ਚ 45 ਗ੍ਰਾਮ ਚੀਨੀ ਪਾਉਣ ਦੀ। ਅਗਰ 45 ਗ੍ਰਾਮ ਤੋਂ ਚੀਨੀ ਉਹ ਘੱਟ ਕਰ ਲੈਣ ਤਾਂ ਕੋਕ ਕੌੜੀ ਹੋ ਜਾਏ, ਸੈਵਨ ਅਪ ਕੌੜੀ ਲੱਗੇ, ਤੁਹਾਨੂੰ ਪੀਤੀ ਨਹੀਂ ਜਾਏਗੀ, ਉਹ ਐਡਾ ਡੇਂਜਰਸ ਮਟੀਰੀਅਲ ਹੈ ਉਹ। ਹੁਣ ਜਿਹੜਾ ਸ਼ਖਸ ਜਿਹਨੂੰ ਪੈਪਸੀ ਪੀਣ ਦੀ ਆਦਤ ਹੈ ਜਾਂ ਕੋਕ ਪੀਣ ਦੀ ਆਦਤ ਹੈ, ਰੋਜ਼ ਇੱਕ ਵੀ ਲਾ ਲਓ, ਕਈ ਲੋਕ ਮੈਂ ਦੇਖਿਆ ਰੋਜ਼ 4-4, 8-8 ਪੀ ਜਾਂਦੇ, ਤਾਂ ਜਿਹਨੂੰ ਇੱਕ ਵੀ ਪੀਣ ਦੀ ਆਦਤ, ਇੱਕ ਦਿਨ ਆਏਗਾ ਉਹਦੀ ਬੋਡੀ ਜਵਾਬ ਦੇ ਦੇਗੀ। ਹੁਣ ਇਹ ਮਿੱਠਾ ਕਰਦਾ ਕੀ ਹੈ ਅੰਦਰ, ਜਦੋਂ ਤੁਸੀਂ ਚੀਨੀ ਖਾਂਦੇ ਹੋ ਨਾ, ਚੀਨੀ ਜਦੋਂ ਸਾਫ਼ ਕੀਤੀ ਜਾਂਦੀ ਹੈ, ਕਦੇ ਤੁਸੀਂ ਸ਼ੂਗਰ ਫੈਕਟਰੀ ਦਾ ਵਿਜ਼ਿਟ ਕੀਤਾ? ਨਹੀਂ ਜੀ, ਮੈਂ ਕੀਤਾ, ਮੇਰੀ ਪੋਸਟਿੰਗ 'ਚ ਸ਼ੂਗਰ ਫੈਕਟਰੀਆਂ ਵੀ ਸੀ ਇੱਕ ਦਫ਼ਾ। ਰੋਜ਼ਾਨਾ ਮੇਰੇ ਸਿਗਨੇਚਰਸ ਹੋਣੇ, ਇੱਕ ਟਰੱਕ ਆਉਣਾ ਚੂਨੇ ਦਾ, ਚੂਨਾ ਸਮਝਦੇ ਹੋ ਨਾ, ਕੈਲਸ਼ੀਅਮ ਬਾਈ ਕਾਰਬੋਨੇਟ, ਚੂਨੇ ਦਾ ਇੱਕ ਟਰੱਕ ਮੈਂ ਸਾਈਨ ਕਰਨਾ, ਜਿਹੜੀ ਚੀਜ਼ ਵੀ ਐਂਟਰ ਹੁੰਦੀ ਸੀ ਜਾਂ ਬਾਹਰ ਜਾਂਦੀ ਸੀ, ਉਹ ਅਫਸਰ ਦੇ ਸਾਈਨ ਹੋਣੇ ਹੁੰਦੇ ਸੀ, ਕਸਟਮ ਅਫਸਰ ਦੇ, ਮੈਂ ਕਸਟਮ ਐਂਟੀ ਸਮਗਲਿੰਗ ਸੀਗਾ, ਉਹ ਮੇਰਾ ਸਾਈਨ ਹੋਣੇ, ਮੈਂ ਬਹੁਤ ਦੇਰ ਤੱਕ ਕਰਦਾ ਰਿਹਾ ਸਾਈਨ। ਇੱਕ ਦਿਨ ਮੈਂ ਪੁੱਛਿਆ, ਜੀ ਐਮ ਨੂੰ ਬੁਲਾਇਆ, ਮੈਂ ਕਿਹਾ ਜੀ ਐਮ ਸਾਹਿਬ, ਇਹ ਰੋਜ਼ ਚੂਨੇ ਦਾ ਟਰੱਕ ਤੁਸੀਂ ਕੀ ਕਰਦੇ ਹੋ, ਕਿੱਥੇ ਅੰਦਰ ਕਲੀਆਂ ਹੋ ਰਹੀਆਂ, ਕਿੱਥੇ ਅੰਦਰ ਤੁਸੀਂ ਦੀਵਾਰਾਂ ਸਾਫ਼ ਕਰ ਰਹੇ ਹੋ, ਰੰਗ ਰੋਗਨ ਹੋ ਰਿਹਾ ਕਿਤੇ ਅੰਦਰ, ਜਿਹੜਾ ਰੋਜ਼ ਇੱਕ ਚੂਨੇ ਦਾ ਟਰੱਕ ਆਉਂਦਾ, ਕਿਹਾ ਤੁਸੀਂ ਵਿਜ਼ਿਟ ਨਹੀਂ ਕੀਤੀ ਫੈਕਟਰੀ? ਮੈਂ ਕਿਹਾ ਮੈਂ ਗਿਆ ਹੀ ਨਹੀਂ ਕਦੇ ਫੈਕਟਰੀ ਵਿਜ਼ਿਟ ਕਰਨ, ਆਓ ਤੁਹਾਨੂੰ ਅੱਜ ਵਿਜ਼ਿਟ ਕਰਾਈਏ। ਉਹਨੇ ਮੈਨੂੰ ਦਿਖਾਇਆ, ਜਿਹੜਾ ਉੱਤੇ ਰਾਬ ਨਹੀਂ ਆ ਜਾਂਦੀ ਜਿਹਨੂੰ ਆਪਾਂ ਮੋਲੈਸਿਸ ਕਹਿੰਦੇ ਹਾਂ, ਉਹਦੀ ਸਫਾਈ ਲਈ ਚੂਨਾ ਯੂਜ਼ ਹੁੰਦਾ। ਅੱਛਾ, ਬਾਈਕਾਰਬੋਨੇਟਸ, ਕੈਲਸ਼ੀਅਮ ਬਾਈਕਾਰਬੋਨੇਟ ਚੂਨਾ, CaCO3, ਕੈਲਸ਼ੀਅਮ ਕਾਰਬੋਨੇਟ ਦਾ ਫਾਰਮੂਲਾ, CaCO3। ਓਕੇ, ਇੱਕ ਟਰੱਕ ਰੋਜ਼ ਯੂਜ਼ ਹੁੰਦਾ ਸੀ, ਇੱਕ ਟਰੱਕ ਚੂਨੇ ਦਾ ਰੋਜ਼ ਪੈਣਾ, ਅਤੇ ਉਹ ਚੀਨੀ ਫੇਰ ਵਾਈਟ ਹੁੰਦੀ ਹੈ, ਨਹੀਂ ਤਾਂ ਉਹ ਤਾਂ ਰਾਬ ਤਾਂ ਤੁਹਾਨੂੰ ਪਤਾ ਬਰਾਊਨ ਕਲਰ ਦੀ, ਡਾਰਕ ਗ੍ਰੀਨ ਕਲਰ ਦੀ ਹੁੰਦੀ ਹੈ, ਉਹ ਤਾਂ ਇੰਨੀ ਮੈਲੀ ਹੁੰਦੀ, ਉਹ ਤਾਂ ਮੈਲ, ਉਹ ਸਾਫ਼ ਹੀ ਨਹੀਂ ਹੁੰਦੀ, ਚੀਨੀ ਵਾਈਟ ਹੋ ਹੀ ਨਹੀਂ ਸਕਦੀ ਜਦੋਂ ਤੱਕ ਚੂਨੇ ਨਾਲ ਸਾਫ਼ ਨਾ ਕਰੋ। ਅੱਛਾ, ਉਹ ਜਿਹੜੇ ਕਾਰਬੋਨੇਟਸ ਨੇ ਨਾ, ਉਹ ਵਿੱਚ ਹੀ ਰਹਿੰਦੇ ਨੇ,
ਉਹਦਾ ਉਹ ਬਾਡੀ 'ਚ ਤੁਹਾਡੀ 'ਚ ਇੱਕ ਚੀਜ਼ ਬਣਾਉਂਦੇ ਨੇ ਜਿਹਦਾ ਨਾਮ ਹੈ ਜ਼ਿੰਥੋਰੋਨਿਕ ਐਸਿਡ। ਜ਼ਿੰਥੋਰੋਨਿਕ ਐਸਿਡ ਦਾ ਇੱਕ ਹੀ ਦੁਸ਼ਮਣ ਹੈ ਬਾਡੀ 'ਚ, ਪੈਂਕਰੀਆਸ। ਓਕੇ, ਉਹ ਬੀਟਾ ਸੈਲਸ ਨੂੰ ਕਿਲ ਕਰਦੇ ਜਾ ਕੇ। ਜਦੋਂ ਜਿਹੜੇ ਬੀਟਾ ਸੈਲਸ ਜਿਹੜੇ ਇਨਸੁਲਿਨ ਬਣਾਉਂਦੇ ਨੇ ਉਹ ਕਿਲ ਹੋਣਾ ਸ਼ੁਰੂ ਹੋ ਜਾਂਦੇ ਨੇ। ਸਪੋਜ਼ ਤੁਹਾਡੀ ਬਾਡੀ 'ਚ 1 ਮਿਲੀਅਨ ਹੈ, ਕਈ ਮਿਲੀਅਨ ਹੁੰਦੇ ਨੇ ਉਸ ਪੈਂਕਰੀਆਸ 'ਚ, 1 ਮਿਲੀਅਨ ਹੈ ਸਪੋਜ਼। ਅੱਜ ਉਹਨੇ 100 ਡੈਮੇਜ ਕਰਤੇ, ਕੱਲ੍ਹ 100 ਹੋਰ ਹੋ ਗਏ, ਪਰਸੋਂ 100 ਹੋਰ ਹੋ ਗਏ, ਕਰਦਿਆਂ 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 ਉਹ 60-70% 'ਤੇ ਆ ਗਏ। ਇੱਕ ਦਿਨ ਆਏਗਾ ਕਿ ਤੁਹਾਡੀ ਬਾਡੀ ਰਿਸਪੋਂਡ ਕਰੇਗੀ ਕਿ ਇਹ ਮੇਰੇ ਕੋਲ ਹੁਣ ਮੈਟਾਬੋਲਾਈਜ਼ ਨਹੀਂ ਹੋ ਰਿਹਾ ਮਿੱਠਾ ਜਿਹੜਾ ਤੁਸੀਂ ਖਾ ਰਹੇ ਹੋ, ਤੁਹਾਨੂੰ ਸ਼ੂਗਰ ਡਿਕਲੇਅਰ ਹੋ ਜਾਏਗੀ। ਅੱਛਾ, ਇਹ ਜੇ ਦੂਸਰਾ ਪਰੇਸ, ਚੀਨੀ ਤੋਂ ਬਚੋ, ਨੈਚੁਰਲ ਹੋ ਜਾਓ। ਓਕੇ, ਆਪਾਂ ਸ਼ੂਗਰ 'ਤੇ ਹੋਰ ਵੀ ਪ੍ਰੋਗਰਾਮ ਕਰਾਂਗੇ ਸ਼ੂਗਰ ਲਈ। ਜਿਹੜੀ ਇੱਕ ਕੁਦਰਤੀ ਸ਼ੂਗਰ ਫਲਾਂ 'ਚ ਹੁੰਦੀ ਹੈ ਜਾਂ ਹੋਰ ਚੀਜ਼ਾਂ 'ਚ ਹੁੰਦੀ ਆ, ਉਹ ਚੰਗੀ ਹੁੰਦੀ ਸਰੀਰ ਲਈ? ਦੋ ਤਰ੍ਹਾਂ ਦੀ ਸ਼ੂਗਰ ਹੁੰਦੀ ਹੈ ਫਲਾਂ 'ਚ, ਇੱਕ ਨੂੰ ਕਹਿੰਦੇ ਸੁਕਰੋਸ, ਇੱਕ ਨੂੰ ਕਹਿੰਦੇ ਫਰੁਕਟੋਸ। ਜਿਹੜੀ ਫਰੁਕਟੋਜ਼ ਹੈ ਉਹ ਖਾ ਲਓ, ਜਿੰਨਾ ਮਰਜ਼ੀ ਖਾ ਲਓ, ਉਹਦੇ ਨਾਲ ਸ਼ੂਗਰ ਨਹੀਂ ਬਣਦੀ ਤੁਹਾਡੀ ਬਾਡੀ ਦੀ। ਜਿਹੜੀ ਸੁਕਰੋਜ਼ ਹੈ ਉਹ ਤਾਂ ਇਹੀ ਚੀਨੀ ਹੈ ਨਾ। ਸੁਕਰੋਜ਼ ਕਿਹੜੇ ਕਿਹੜੇ 'ਚ ਹੁੰਦੀ ਫਲਾਂ 'ਚ? ਸਾਰਿਆਂ 'ਚ ਹੁੰਦੀ ਹੈ ਸੁਕਰੋਜ਼, ਲੇਕਿਨ ਕੰਟੈਂਟ ਕਿਸੇ 'ਚ ਘੱਟ ਹੁੰਦਾ, ਕਿਸੇ 'ਚ ਜ਼ਿਆਦਾ ਹੁੰਦਾ। ਮੈਂਗੋ 'ਚ ਸੁਕਰੋਜ਼ ਬਹੁਤ ਜ਼ਿਆਦਾ, ਪੀਚ ਹੈ ਉਹਦੇ 'ਚ ਫਰੁਕਟੋਜ਼ ਬਹੁਤ ਜ਼ਿਆਦਾ। ਸ਼ੂਗਰ ਵਾਲੇ ਮਰੀਜ਼ਾਂ ਨੂੰ ਅਸੀਂ ਕੀ ਦੱਸਦੇ ਹਾਂ ਕਿ ਪੀਚ ਖਾਓ? ਪੀਚ ਨੂੰ ਕੀ ਕਹਿੰਦੇ ਪੰਜਾਬੀ 'ਚ? ਪੀਚ ਨੂੰ ਪੀਚੀ ਕਹਿ ਲਓ ਤੁਸੀਂ, ਪੀਚੀ ਕਹਿ। ਪੀਚ ਖਾਣ ਨਾਲ ਸ਼ੂਗਰ ਖਾਸ ਨਹੀਂ ਬਣਦੀ। ਮੈਂਗੋ, ਖਜੂਰ ਖਾ ਲਓ, ਫਿਗ ਖਾ ਲਓ, ਉਹਨਾਂ 'ਚ ਸੁਕਰੋਜ਼ ਵੀ ਕਾਫੀ ਹੁੰਦਾ, ਫਰੁਕਟੋਜ਼ ਵੀ ਹੁੰਦਾ। ਫਰੁਕਟੋਜ਼ ਨਾਲ ਸ਼ੂਗਰ ਨਹੀਂ ਬਣਦੀ, ਸੁਕਰੋਜ਼ ਨਾਲ ਸ਼ੂਗਰ ਬਣਦੀ ਹੈ। ਓਕੇ, ਸ਼ੂਗਰ 'ਤੇ ਸਾਨੂੰ ਕੋਈ 10 ਪ੍ਰੋਗਰਾਮ ਕਰਨੇ ਚਾਹੀਦੇ, ਕਮ ਅਜ਼ ਕਮ 4-5 ਪ੍ਰੋਗਰਾਮ ਤਾਂ ਜ਼ਰੂਰ ਕਰਨੇ ਚਾਹੀਦੇ। ਮੈਂ ਚਾਹੁੰਦਾ ਲੋਕਾਂ ਨੂੰ ਜਿਹੜੇ ਖਾਮ ਖਾ ਸ਼ੂਗਰ ਲੈ ਰਹੇ ਆ, ਇਨਵਾਈਟ ਕਰ, ਡਿਟੇਲ 'ਚ ਜਾਇਆ ਜਾਵੇ, ਉਹਨਾਂ ਦੀ ਡਿਟੇਲ 'ਚ ਜਾਇਆ ਜਾਏ ਤਾਂ ਕਿ ਉਹਨਾਂ ਦਾ ਭਲਾ ਹੋਵੇ, ਉਹਨਾਂ ਦਾ ਫਾਇਦਾ ਹੋਵੇ। ਆਪਾਂ ਡਾਕਟਰ ਸਾਹਿਬ ਬੇਨਤੀ ਕਰਦੇ ਨੇ, ਜਿਹੜੇ ਸਾਨੂੰ ਸਵਾਲ ਆਉਣਗੇ ਅਸੀਂ ਕੋਸ਼ਿਸ਼ ਕਰਾਂਗੇ ਅਗਲੀ ਵਾਰੀ ਪ੍ਰੋਗਰਾਮ 'ਚੋਂ ਵੀ ਨਾਲ ਸ਼ਾਮਿਲ ਕਰਾਂਗੇ। ਅਤੇ ਇਸ ਵਾਰੀ ਤਾਂ ਮੇਰਾ ਖਿਆਲ ਆਪਣਾ ਮੁੱਖ ਮਕਸਦ ਜਿਹੜਾ ਸੀਗਾ ਉਹ ਲੋਕਾਂ ਨੂੰ ਖੁਸ਼ ਰੱਖਣ ਦਾ ਅਤੇ ਭਲਾ ਕਰਨ ਦਾ, ਮੇਰੇ ਖਿਆਲ ਉਹ ਸ਼ਾਇਦ ਜ਼ਿਆਦਾ ਕੰਮ ਕਰ ਜਾਏ। ਆਪਾਂ ਆਪਾਂ ਜੇ ਮੈਜੋਰਟੀ ਵੱਲ ਧਿਆਨ ਦੇਈਏ, ਬਾਕੀ ਡਿਟੇਲ 'ਚ ਅਸੀਂ ਆਉਣ ਵਾਲੇ ਦਿਨਾਂ 'ਚ ਇੱਕ ਵਾਰੀ ਫਿਰ ਤੋਂ ਗੱਲਬਾਤ ਜ਼ਰੂਰ ਕਰਾਂਗੇ। ਅਖੀਰ 'ਚ ਜਾਂਦੇ ਜਾਂਦੇ ਤੁਸੀਂ ਗੱਲ ਦਾ ਕੰਕਲੂਜਨ ਜਾਂ ਕੋਈ ਅਖੀਰ 'ਚ ਗੱਲਬਾਤ ਕਹਿਣੀ ਚਾਹੋਗੇ? ਇੱਕ ਗੁਜ਼ਾਰਿਸ਼ ਹੁੰਦੀ ਹੈ ਹਰ ਦਫ਼ਾ ਐਂਡ 'ਤੇ, ਮੈਂ ਇੱਕ ਗੱਲ ਕਹਿਣਾ ਚਾਹੁੰਦਾ ਉਹਨਾਂ ਆਪਣੇ ਆਡੀਅੰਸ ਨਾਲ, ਡਾਇਰੈਕਟ ਉਹਨਾਂ ਨੂੰ ਬੋਲਣਾ ਚਾਹੁੰਦਾ। ਅੱਜ ਮੇਰੀ ਜਿਹੜੀ ਗੱਲ ਹੈ ਉਹ ਮੈਂ ਅਕਸਰ, ਮੇਰੇ ਸਾਰੇ ਦੋਸਤਾਂ ਨੂੰ ਤਾਂ ਪਤਾ ਹੈ ਇਸ ਗੱਲ ਦਾ, ਲੇਕਿਨ ਮੈਂ ਚਾਹੁੰਦਾ ਤੁਹਾਡੀ ਪ੍ਰਾਈਮ ਏਸ਼ੀਆ ਦੀ ਸਾਰੀ ਆਡੀਅੰਸ ਨੂੰ ਵੀ ਇਹ ਪਤਾ ਹੋਵੇ ਅਤੇ ਉਹ ਇਹਦੇ 'ਤੇ ਅਮਲ ਵੀ ਕਰਨ। ਉਹ ਗੱਲ ਬੜੀ ਛੋਟੀ ਜਿਹੀ ਹੈ ਲੇਕਿਨ ਉਹਦਾ ਅਸਰ ਬਹੁਤ ਵੱਡਾ ਉਸ ਗੱਲ ਦਾ। ਜਦੋਂ ਆਪਾਂ ਕਿਸੇ ਬੰਦੇ ਨਾਲ ਖਾਣਾ ਖਾਂਦੇ ਹਾਂ ਨਾ, ਅਤੇ ਜਿਹੜਾ ਖਾਣਾ ਖਵਾਉਣ ਵਾਲਾ ਹੈ ਉਹਨੂੰ ਜੋ ਮਿਲ ਰਿਹਾ ਹੁੰਦਾ ਉਹ ਖਾਣਾ ਖਾਣ ਵਾਲੇ ਨੂੰ ਨਹੀਂ ਮਿਲ ਰਿਹਾ ਹੁੰਦਾ। ਤੁਸੀਂ ਅਗਰ ਲੋਕਾਂ ਨੂੰ ਬੁਲਾ ਬੁਲਾ ਕੇ ਧੱਕੇ ਨਾਲ ਖਾਣੇ ਖਵਾਉਣੇ ਸ਼ੁਰੂ ਕਰਦੇ ਹੋ ਤਾਂ ਤੁਹਾਡੀ ਲਾਈਫ ਚੇਂਜ ਹੋ ਜਾਏਗੀ। ਅੱਜ ਮੇਰਾ ਤੁਹਾਨੂੰ ਇਹ ਮਸ਼ਵਰਾ ਹੈ, ਲੋਕਾਂ ਨੂੰ ਫੜ ਫੜ ਕੇ ਖਾਣੇ ਖਵਾਇਆ ਕਰੋ, ਦੋਸਤਾਂ ਨੂੰ ਖਵਾਓ, ਹੋਮਲੈਸ ਲੋਕਾਂ ਨੂੰ ਖਵਾਓ, ਰਿਸ਼ਤੇਦਾਰਾਂ ਨੂੰ ਬੁਲਾ ਕੇ ਖਵਾਓ, ਜਾਣਨ ਵਾਲਿਆਂ ਨੂੰ ਖਵਾਓ, ਨਾ ਜਾਣਨ ਵਾਲਿਆਂ ਨੂੰ ਖਵਾਓ। ਕਿਤੇ ਖਾਣਾ ਖਾਣ ਜਾਂਦੇ ਹੋ ਉਹਦੇ ਪੈਸੇ ਤੁਸੀਂ ਖੁਦ ਦਿਓ। ਜਿਹੜਾ ਬੰਦਾ ਖਾਣਾ ਖਵਾ ਰਿਹਾ ਹੁੰਦਾ ਨਾ ਉਹ ਕਿਤੇ ਬੈਟਰ ਹੈ ਖਾਣਾ ਖਾਣ ਵਾਲੇ ਨੂੰ। ਅਤੇ ਇੱਕ ਬਜ਼ੁਰਗ ਦਾ ਕੌਲ ਹੈ ਬਾਬਾ ਜੀ ਦਾ ਕਿ ਜੇ ਲੋਕਾਂ ਨੂੰ ਪਤਾ ਲੱਗ ਜਾਏ ਕਿ ਖਾਣਾ ਖਵਾਉਣ 'ਚ ਕੀ ਰੱਖਿਆ ਅਤੇ ਖਾਣ ਵਾਲਾ ਕੋਈ ਨਾ ਬਚੇ, ਸਾਰੇ ਖਵਾਉਣ 'ਤੇ ਲੱਗ ਜਾਣ। ਜਿਹਦੇ ਕੋਲ ਪੈਸੇ ਘੱਟ ਹੈ ਉਹ ਚਾਹੁੰਦਾ ਕਿ ਉਹਦੇ ਪੈਸੇ ਵੱਧ ਜਾਣ, ਉਹ ਲੋਕਾਂ ਨੂੰ ਖਾਣੇ ਖਵਾਉਣਾ ਸ਼ੁਰੂ ਕਰ ਦਿਓ। ਜਿਹੜੇ ਕੋਲ ਇੱਜ਼ਤ ਘੱਟ ਆ ਉਹ ਚਾਹੁੰਦਾ ਮੇਰੀ ਇੱਜ਼ਤ ਵੱਧ ਜਾਏ, ਉਹ ਲੋਕਾਂ ਨੂੰ ਖਾਣੇ ਖਵਾਉਣਾ ਸ਼ੁਰੂ ਕਰ ਦਿਓ। ਅਤੇ ਖਾਣੇ ਖਵਾਉਣ 'ਚ ਕੋਈ ਪਾਬੰਦੀ ਨਹੀਂ ਕਿ ਤੁਸੀਂ ਸਿਰਫ ਗਰੀਬ ਨੂੰ ਹੀ ਖਵਾਉਣਾ, ਤੁਸੀਂ ਆਪਣੇ ਦੋਸਤਾਂ ਨੂੰ ਵੀ ਖਵਾਓਗੇ, ਕਿਸੇ ਭੁੱਖੇ ਨੂੰ ਖਾਣਾ ਖਵਾਓਗੇ ਉਹਦਾ ਉਹੋ ਹੀ ਫਾਇਦਾ ਹੋਏਗਾ ਜਿਹੜਾ ਕਿਸੇ ਗਰੀਬ ਨੂੰ ਭੁੱਖੇ ਨੂੰ ਖਵਾਓਗੇ। ਅਤੇ ਖਾਣਾ ਖਵਾਉਣਾ ਸ਼ੁਰੂ ਕਰ ਦਿਓ, ਜਿੰਨੇ ਖਾਣੇ ਵੰਡੋਗੇ, ਜਿੰਨੇ ਖਾਣੇ ਖਵਾਓਗੇ ਲੋਕਾਂ ਨੂੰ, ਉਹਨੇ ਤੁਹਾਡੇ ਫਾਇਦੇ ਹੋਣਗੇ। ਇਹ ਮੇਰੀ ਅੱਜ ਆਖਰੀ ਇਹੀ ਡਾਕਟਰ ਸਾਹਿਬ ਕਮਾਲ ਦਾ ਮਸ਼ਵਰਾ ਤੁਹਾਡਾ, ਬਾਕੀ ਉਹ 'ਚ ਸਕੂਨ ਹੀ ਇੱਕ ਅਲੱਗ ਹੋਊਗਾ ਜੀ, ਉਹਦੀ ਤਸੱਲੀ ਜਿਹੜੀ ਆ ਉਹ ਇੱਕ ਜ਼ਿੰਦਗੀ 'ਚ ਇੱਕ ਵਧੀਆ ਅਤੇ ਨਵੀਂ ਰੋਸ਼ਨੀ ਲੈ ਕੇ ਆਊਗੀ। ਤੁਹਾਡਾ ਬਹੁਤ ਧੰਨਵਾਦ ਅੱਜ ਵਾਸਤੇ, ਥੈਂਕ ਯੂ ਸੋ ਮਚ, ਸਤਿ ਸ਼੍ਰੀ ਅਕਾਲ। ਥੈਂਕ ਯੂ ਵੈਰੀ ਮਚ। ਸੋ ਵੇਲੇ ਦਾ ਤਾਂ ਸਾਨੂੰ ਪਤਾ ਨਹੀਂ ਲੱਗਾ ਕਿਹੜੇ ਵੇਲੇ ਸਮਾਪਤ ਹੋ ਗਿਆ, ਪਰ ਤੁਹਾਡੇ ਸਾਰਿਆਂ ਦਾ ਧੰਨਵਾਦ, ਤੁਸੀਂ ਜਿੱਥੋਂ ਕਿਤੋਂ ਵੀ ਜਿਸ ਵੀ ਮਾਧਿਅਮ ਰਾਹੀਂ ਜੁੜੇ, ਆਪਣੇ ਸਵਾਲ ਜਵਾਬ 'ਚ ਕੁਛ ਵੀ ਤੁਹਾਡੇ ਸਿਹਤ ਸੰਬੰਧੀ ਨੇ ਤਾਂ ਉਹ ਤੁਸੀਂ ਜ਼ਰੂਰ ਨਾਲ ਪਹੁੰਚਦੇ ਕਰਦਿਆ ਕਰਿਓ। ਮੈਨੂੰ ਜੋਗਰਾਜ ਸਿੰਘ ਕਾਲੂ ਨੂੰ ਦਿਓ ਆਗਿਆ, ਦੇਖਦੇ ਰਹੋ ਪ੍ਰਾਈਮ ਏਸ਼ੀਆ ਟੀਵੀ, ਤੁਹਾਡਾ ਆਪਣਾ ਤੁਹਾਡੇ ਲਈ।